ਐਂਬੂਲੈਂਸ ਤੁਸੀਂ ਦੇਖ ਸਕਦੇ ਹੋ ਕਿਉਂਕਿ ਜਦੋਂ ਇਦਾਂ ਦੇ ਹਾਲਾਤ ਪੈਦਾ ਹੁੰਦੇ ਨੇ ਤਾਂ ਜਿਹੜੇ ਮਰੀਜ਼ ਜਿਹੜੇ ਕੋਈ ਲੋਕ ਕਿਸਾਨ ਫੱਟੜ ਹੋ ਜਾਂਦਾ ਤਾਂ ਨਾਲ ਦੇ ਨਾਲ ਜਿਹੜੀ ਹੈਗੀ ਆ ਡਾਕਟਰੀ ਸਹਾਇਤਾ ਉਹਨਾਂ ਨੂੰ ਦਿੱਤੀ ਜਾਂਦੀ ਆ। ਤਾਂ ਤਸਵੀਰਾਂ ਦੇਖ ਸਕਦੇ ਹੋ ਐਂਬੂਲੈਂਸ ਦੇ ਵਿੱਚ ਮਰੀਜ਼ ਨੂੰ ਲੈ ਕੇ ਆਂਦਾ ਗਿਆ ਤਾਂ ਹਰਿਆਣਾ ਪੁਲਿਸ ਦੇ ਵੱਲੋਂ ਜਿਹੜੀ ਲਗਾਤਾਰ ਗੋਰੇ ਗੋਲੇ ਜਿਹੜੇ ਹੈਗੇ ਨੇ ਬਰਸਾਏ ਜਾ ਰਹੇ ਨੇ ਜਿਸ ਤੋਂ ਬਾਅਦ ਹਾਲਾਤ ਲਗਾਤਾਰ ਖਰਾਬ ਹੋ ਜਾਂਦੇ ਨੇ। ਤਸਵੀਰਾਂ ਦੇਖ ਸਕਦੇ ਹੋ ਹਾਲਾਤ ਕਾਫੀ ਦੁਬਾਰਾ ਫਿਰ ਖਨੌਰੀ ਬਾਰਡਰ ਤੋਂ ਜਿਹੜੀ ਸ਼ਾਂਤੀ ਸੀ ਉਹ ਕਿਤੇ ਨਾ ਕਿਤੇ ਹੁਣ ਖਰਾਬ ਹੋ ਚੁੱਕੀ ਆ। ਲੋਕ ਆਪਣਾ ਇਲਾਜ ਕਰਾਉਣ ਦੀ ਜਿਹੜੀ ਕੋਸ਼ਿਸ਼ਾਂ ਕਰ ਰਹੇ ਨੇ ਕਿਉਂਕਿ ਜਦੋਂ ਟੀਅਰ ਗੈਸ ਦਾ ਗੋਲਾ ਗਿਰਦਾ ਕਿਸਾਨਾਂ ਦੇ ਉੱਪਰ ਇੱਕਦਮ ਤਾਂ ਤਕਰੀਬਨ ਉਹ 2 ਤੋਂ ਲੈ ਕੇ 3 ਮੀਟਰ ਦੇ ਘੇਰੇ ਦੇ ਵਿੱਚ ਅਗਰ ਕੋਈ ਵੀ ਆਉਂਦਾ ਤਾਂ ਜਿਹੜੇ ਉਹਦੇ ਛਰਲੇ ਨੇ ਉਹ ਭਾਰੀ ਨੁਕਸਾਨ ਪਹੁੰਚਾ ਦਿੰਦੇ ਨੇ, ਭਾਰੀ ਵੱਡੇ ਵੱਡੇ ਜ਼ਖਮ ਹੋ ਜਾਂਦੇ ਨੇ। ਗੱਲ ਕਰੀਏ ਜਦੋਂ ਪਹਿਲਾਂ ਹਾਲਾਤ ਖਰਾਬ ਸੀ ਤਾਂ ਉਦੋਂ ਵੀ ਤਕਰੀਬਨ ਇੱਕ ਦਿਨ ਦੇ ਵਿੱਚ 10 ਤੋਂ ਲੈ ਕੇ 15 ਜਿਹੜੇ ਕਿਸਾਨ ਨੇ ਕਿਤੇ ਨਾ ਕਿਤੇ ਜ਼ਖਮੀ ਹੁੰਦੇ ਸੀ ਤਾਂ ਹੁਣ ਉਸ ਤੋਂ ਬਾਅਦ ਜਾ ਕੇ ਫਿਰ ਉਹੀ ਹਾਲਾਤ ਬਣ ਗਏ। ਖਨੌਰੀ ਬਾਰਡਰ ਦੇ ਉੱਪਰ ਪਹਿਲਾਂ ਸ਼ਾਂਤੀ ਚੱਲੀ ਆ, ਲਗਾਤਾਰ 3-4 ਦਿਨ ਮਾਹੌਲ ਸ਼ਾਂਤ ਰਿਹਾ, ਪਰ ਅੱਜ ਦੁਬਾਰਾ ਫਿਰ ਜਿਹੜੇ ਹੈਗੇ ਨੇ ਕਿਸਾਨ ਕਿਤੇ ਨਾ ਕਿਤੇ ਉਹ ਜਿਹੜੀ ਬੈਠ ਕੇ ਗੱਲਬਾਤ ਕਰਨ ਦਾ ਜਿਹੜਾ ਤਰੀਕਾ ਚੱਲ ਰਿਹਾ ਉਹ ਤੋਂ ਸੰਤੁਸ਼ਟ ਨਹੀਂ ਹੁੰਦੇ ਤਾਂ ਫਿਰ ਜਾ ਕੇ ਜਿਹੜਾ ਹੈਗਾ ਹਾਲਾਤ ਖਰਾਬ ਹੋ ਰਹੇ ਨੇ। ਤਾਂ ਲਗਾਤਾਰ ਜਿਹੜੇ ਹੈਗੇ ਨੇ ਹਾਲਾਤ ਖਰਾਬ ਨੇ, ਪਰ ਜਿਹੜੇ ਲੋਕ ਹੈਗੇ ਨੇ ਕਿਤੇ ਨਾ ਕਿਤੇ ਉਹ ਇਸ ਦਾ ਜਿਹੜਾ ਨੁਕਸਾਨ ਝੱਲਣਾ ਪੈਂਦਾ। ਇੱਧਰ ਮਰੀਜ਼ ਨੇ ਮਰੀਜ਼ਾਂ ਨੂੰ ਲੈ ਕੇ ਆਉਂਦੇ ਨੇ ਜਿਨ੍ਹਾਂ ਦੇ ਜਦੋਂ ਲਗਾਤਾਰ ਜ਼ਖਮ ਹੁੰਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੀ ਮੈਡੀਕਲ ਸਹਾਇਤਾ ਨਾਲ ਦੇ ਨਾਲ ਡਾਕਟਰੀ ਟੀਮਾਂ ਵੱਲੋਂ ਦਿੱਤੀ ਜਾਂਦੀ ਆ। ਮੈਂ ਪਹਿਲਾਂ ਇਹ ਤੁਹਾਨੂੰ ਤਸਵੀਰ ਦਿਖਾਊਂਗਾ, ਬਜ਼ੁਰਗ ਬਾਪੂ ਜੀ ਨੇ ਜਿਹੜੇ ਕਿਤੇ ਨਾ ਕਿਤੇ ਜਾ ਕੇ ਟੀਅਰ ਗੈਸ ਦੇ ਗੋਲਿਆਂ ਦਾ ਸ਼ਿਕਾਰ ਹੋਏ ਨੇ। ਉਹਨਾਂ ਦੇ ਸੱਟ ਲੱਗੀ ਆ ਲੱਤ ਦੇ ਵਿੱਚ ਜਿਹੜਾ ਹੈਗਾ, ਜਦੋਂ ਟੀਅਰ ਗੈਸ ਗਿਰੀ ਤਾਂ ਉਹਦੇ ਵੱਲੋਂ ਜਿਹੜੇ ਛਰਲੇ ਨੇ ਉਹਦੇ ਉਹ ਬਾਪੂ ਜੀ ਦੀ ਲੱਤ ਦੇ ਵਿੱਚ ਵੱਜੇ, ਜਿਸ ਤੋਂ ਬਾਅਦ ਉਹਨਾਂ ਨੂੰ ਜਿਹੜੀ ਹੈਗੀ ਆ ਮੈਡੀਕਲ ਡਿਪਾਰਟਮੈਂਟ ਦੇ ਵੱਲੋਂ ਜਿਹੜੀ ਹੈਗੀ ਆ ਮੈਡੀਕਲ ਸਰਵਿਸ ਦਿੱਤੀ ਜਾ ਰਹੀ ਆ। ਤਾਂ ਲਗਾਤਾਰ ਹਾਲਾਤ ਵਿਗੜੇ ਹੋਏ ਨੇ। ਬਾਈ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਹੁਣ ਮਾਹੌਲ ਕਿਵੇਂ ਬਣਿਆ? ਮਾਹੌਲ ਤੁਹਾਡੇ ਸਾਹਮਣੇ ਵੀਰੇ ਵੇਖੋ, ਉਹ ਤਾਂ ਬੰਦੇ ਆਰਾਮ ਨਾਲ ਖੜੇ ਸੀ, ਉਹਨਾਂ ਨੇ ਇੱਕਦਮ ਚਲਾਤੀ ਫਾਇਰਿੰਗ ਕਰਤੀ। ਲਗਾਤਾਰ ਸ਼ਾਂਤੀ ਰਹੀ ਆ, ਕਿਤੇ ਨਾ ਕਿਤੇ ਲੱਗਦਾ ਵੀ ਸ਼ਾਂਤੀ ਦੇ ਨਾਲ ਹੱਲ ਹੋ ਸਕਦਾ ਕੰਮ, ਤਾਂ ਵੀਰੇ ਸ਼ਾਂਤੀ ਨਾਲ ਹੀ ਹੱਲ ਹੋਣਾ। ਇਹ ਕੰਮ ਨਾਲ ਹੱਲ ਹੋਣਾ ਤਾਂ ਫਿਰ ਪੰਜਾਬ ਨੂੰ ਉਹਨਾਂ ਕਿ ਪੰਜਾਬ ਨੂੰ ਵੱਢ ਕਰ ਦਿਓ, ਪੰਜਾਬ ਨੂੰ ਹੱਕ ਦੇ ਦਿਓ ਆਪਦੇ, ਪੰਜਾਬ ਆਪਦੀ ਅਨਾਜ ਆਪਦੀ ਫਸਲ ਜਿੱਥੇ ਮਰਜ਼ੀ ਵੇਚ ਸਕੇ, ਆਲ ਵਰਲਡ ਵਿੱਚ ਅਸੀਂ ਤਿਆਰ ਹਾਂ। ਬਿਲਕੁਲ, ਲਗਾਤਾਰ ਜਿਹੜੇ ਹਾਲਾਤ ਸੀ ਕਿਤੇ ਨਾ ਕਿਤੇ ਗੱਲਬਾਤ ਦੇ ਰਾਹੀਂ ਕੋਸ਼ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਖਨੌਰੀ ਬਾਰਡਰ ਦੇ ਉੱਪਰ ਤਕਰੀਬਨ 12:30 ਵਜੇ ਹਾਲਾਤ ਵਿਗੜ ਗਏ। ਕਿਸਾਨਾਂ ਅਤੇ ਹਰਿਆਣਾ ਪੁਲਿਸ ਦੇ ਵਿੱਚ ਜਿਹੜਾ ਭਾਰੀ ਟੱਕਰਾਅ ਆ ਅਤੇ ਹਜੇ ਤੱਕ ਜਿਹੜੀ ਗੋਲੇਬਾਰੀ ਆ ਉਹ ਜਾਰੀ ਆ। ਲਗਾਤਾਰ ਜਿਹੜੇ ਕਿਸਾਨ ਨੌਜਵਾਨ ਨੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨੇ, ਪਰ ਪੁਲਿਸ ਦੇ ਵੱਲੋਂ ਉਹਨਾਂ ਦੇ ਉੱਪਰ ਗੋਲੇਬਾਰੀ ਕੀਤੀ ਜਾ ਰਹੀ ਆ, ਜਿਸ ਤੋਂ ਬਾਅਦ ਲਗਾਤਾਰ ਜਿਹੜਾ ਹੈਗਾ ਹਰਿਆਣਾ ਖਨੌਰੀ ਬਾਰਡਰ ਦੇ ਉੱਪਰ ਹਾਲਾਤ ਵਿਗੜੇ ਹੋਏ ਨੇ। ਕਿਸ ਤਰੀਕੇ ਨਾਲ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਹੋਊਗਾ, ਕਿਸਾਨ ਬੈਰੀਕੇਡ ਤੋੜ ਕੇ ਅੱਗੇ ਜਾ ਸਕਦੇ ਨੇ ਜਾਣ ਦੀ ਕੋਸ਼ਿਸ਼ ਕਰਨਗੇ, ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਨਿਊਜ਼ 8 ਦੇ ਉੱਪਰ ਜਲਦੀ ਦਿੱਤੇ ਜਾਣਗੇ। ਚਰਨਜੀਤ ਕੌਸ਼ਲ, ਖਨੌਰੀ ਬਾਰਡਰ ਤੋਂ ਨਿਊਜ਼ 8 ਪੰਜਾਬ। ਤਾਂ ਲਗਾਤਾਰ ਖਨੌਰੀ ਬਾਰਡਰ ਦੇ ਜਿਹੜੇ ਹਾਲਾਤ ਨੇ ਵਿਗੜਦੇ ਨਜ਼ਰ ਆ ਰਹੇ ਨੇ। ਕਿਸਾਨਾਂ ਅਤੇ ਪੁਲਿਸ ਦੇ ਵਿੱਚ ਜਿਹੜਾ ਹੈਗਾ ਟਕਰਾਅ ਸ਼ੁਰੂ ਹੋ ਗਿਆ, ਪੁਲਿਸ ਦੇ ਵੱਲੋਂ ਪੰਜਾਬ ਦੇ ਕਿਸਾਨਾਂ ਦੇ ਉੱਪਰ ਜਿਹੜੇ ਹੈਗੇ ਨੇ ਗੋਲੇਬਾਰੀ ਕੀਤੀ ਜਾ ਰਹੀ ਹੈ, ਪਰ ਹੁਣ ਕੁਝ ਨੌਜਵਾਨਾਂ ਦੇ ਵੱਲੋਂ ਹਰਿਆਣਾ ਪੁਲਿਸ ਦੇ ਉੱਪਰ ਦੋਸ਼ ਲਗਾਏ ਜਾ ਰਹੇ ਨੇ। ਭਾਈ ਜੀ ਕਿਵੇਂ ਦੇਖਦੇ ਹੋ ਹਾਲਾਤ ਕੀ ਹੋਏ? ਅਸੀਂ ਉੱਥੇ ਖੜੇ ਸੀਗੇ, ਬਿਲਕੁਲ ਸ਼ਾਂਤੀਮਈ ਖੜੇ ਸੀ, ਸਾਨੂੰ ਸਾਰੇ ਕਹਿ ਰਹੇ ਸੀ, ਸਾਰਾ ਕਹਿ ਰਹੇ ਸੀ ਵੀ ਸ਼ਾਂਤਮਈ ਚੱਲਣਾ, ਜਿੰਨੇ ਚਿਰ ਨਹੀਂ ਹੁੰਦਾ ਕੁਛ ਨਹੀਂ ਹੁੰਦਾ। ਉਦੋਂ ਉਹਨਾਂ ਨੇ ਬੰਬ ਸੁੱਟਿਆ, ਉਹ ਨੌਜਵਾਨ ਵਿਚਾਰਾ ਗਾਇਲ ਹੋ ਗਿਆ, ਅੱਖਾਂ ਦੇ ਵਿੱਚੋਂ ਦਿਸਣਾ ਬੰਦ ਹੋ ਗਿਆ, ਉਹ ਡਿੱਗ ਪਿਆ ਵਿਚਾਰਾ, ਉਹਨੂੰ ਬੋਰੀ ਉਹਨੂੰ ਕੁੱਟਿਆ ਇੰਨਾ ਨਾ, ਉਹਦਾ ਕੋਈ ਅੰਤ ਹੀ ਕੋਈ ਕੁੱਟਣ ਵੇਲੇ। ਲਗਾਤਾਰ ਜਿਹੜੇ ਹੈਗੇ ਨੇ ਇਹ, ਅਗਰ ਆਪਾਂ ਗੱਲ ਕਰੀਏ ਤਾਂ ਕਿਸਾਨਾਂ ਦੇ ਟਰੈਕਟਰ ਦਾ ਜਿਹੜਾ ਟਾਇਰ ਆ ਉਹ ਵੀ ਉਹਨਾਂ ਹਾਲਾਤਾਂ ਦੇ ਵਿੱਚ ਪਾੜ ਗਿਆ। ਇਹ ਕਿਸਾਨ ਕੇ ਪੁੱਤਰ ਹੀ ਹੈ ਜੋ ਜਵਾਨ ਆਗਿਆ ਕਰਕੇ ਜਦ ਜਬ ਮੋਦੀ ਡਰਤਾ ਨਾ ਕਿ ਜੋ ਜਵਾਨੋਂ ਕੋਈ ਪੁਲਿਸ ਕੋਈ ਆਗਿਆ ਕਰਤਾ ਹੈ।
इतना दम है तो दे दो क्या नाम है MSP हर फसल पे, जो 6 महीने एक बच्चे की तरह फसल को पालता है और उसको दरकिनार करते हैं। एक दिन अपनी मेरा बूट वेख लो पैरों मैं बचाने की कोशिश की, मैं मुंडा बेहोश हो गया, मैं शुगर मैं खिंचिए हरियाणा टट के पे ने 8-10 बंदे हैं उन्होंने नाल के बोरी पाया उसने लत्त नहीं छड़ी बांह नहीं छड़ी कुछ नहीं छड़िया ਪਾਨੀ ਇੰਨਾ ਦਿੱਤਾ ਕਿ ਉਹ ਮੁੰਡਾ ਮੈਨੂੰ ਲੱਗਦਾ ਬਚਿਆ ਤੇ ਮੈਂ ਕਹਿੰਦਾ ਮਹਾਰਾਜ ਬਾਬਾ ਨਾਨਕੀ ਕਰਮਾ ਰੋਈ ਬਹੁਤ ਜ਼ਿਆਦਾ ਕੀਤੀ ਉਹਨਾਂ ਨੇ ਬੜਾ ਨਜਾਇਜ਼ ਕੀਤਾ ਜੀ ਉਹਨਾਂ ਨਾਲ।